हेलो गाइस, वेलकम टू माय न्यू व्लॉग। कैसे हो? करता हूँ बहुत बढ़िया होगा हमारी तरफ। भाई आज आप आए हैं एक एवें दे आयुर्वेद क्लिनिक से, जिहड़ा तुहानूं बहुत आसान तरीके नाल, तुहानूं बहुत ही आसान मैथड नाल बड़ी घट दवाइयां जिहड़े तुहानूं निरोग करनगे। डॉक्टर रीना अरोड़ा जी, अंदर चलते हैं फटाफट, तुहानूं मिलाने हैं, रूबरू करवाने हैं। ते अज दा व्लॉग, दूसरी गल, अज दा व्लॉग पंजाबी च रहेगा पूरा, ते ਕਿਉਂਕਿ ਉਹ ਵੀ ਪੰਜਾਬੀ 'ਚ ਕੰਫਰਟੇਬਲ ਨੇ ਗੱਲ ਕਰਨ 'ਚ ਸਾਡੇ ਨਾਲ, ਇੰਟਰਵਿਊ ਦੇਣ 'ਚ ਸਾਡੇ ਨਾਲ। ਅਤੇ ਆਪਾਂ ਅੱਜ ਦਾ ਵਲੋਗ ਨੂੰ ਪੰਜਾਬੀ 'ਚ ਰੱਖਾਂਗੇ। ਅਤੇ ਜਲਦੀ ਚੱਲਦੇ ਹਾਂ, ਡਾਕਟਰ ਸਾਹਿਬ ਨਾਲ ਮਿਲਵਾਉਣਾ, ਪੂਰਾ ਕਲੀਨਿਕ ਦਿਖਾਉਣਾ। ਅਤੇ ਆਓ ਜੀ, ਇਹ ਇਹਨਾਂ ਦਾ ਕਲੀਨਿਕ ਹੈਗਾ ਪੂਰਾ, ਇੱਥੇ ਮੈਡੀਸਨ ਵਗੈਰਾ ਸਾਰੀਆਂ, ਅਤੇ ਇੱਧਰ ਥੈਰੇਪੀ ਵਗੈਰਾ ਦਿੱਤੀ ਜਾਂਦੀ ਨੇ, ਇੱਧਰ ਵੀ ਹੈ, ਇੱਧਰ ਵੀ ਹੈ। ਅਤੇ ਸਾਹਮਣੇ ਬੈਠੇ ਨੇ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਇਹ ਰੀਨਾ ਅਰੋੜਾ ਜੀ, ਡਾਕਟਰ ਸਾਹਿਬ। ਅਤੇ ਆਪਾਂ ਅੱਜ ਇਹਨਾਂ ਦੇ ਨਾਲ ਸਾਰਾ ਜਿਹੜਾ ਵੀ ਜੇ ਤੁਹਾਨੂੰ ਕੋਈ ਰੋਗ ਆ, ਕੋਈ ਦਿੱਕਤ ਪਰੇਸ਼ਾਨੀ ਆ, ਸਾਰੀਆਂ ਸਾਂਝੀਆਂ ਕਰਾਂਗੇ। ਇਹਨਾਂ ਕੋਲੋਂ ਪੂਰਾ ਇੰਟਰਵਿਊ ਲਾਂਗੇ, ਪੂਰਾ ਪੂਰਾ ਵੀਡੀਓ ਦੇਖਣਾ, ਬਹੁਤ ਤੁਹਾਨੂੰ ਬਹੁਤ ਨੌਲੇਜ ਮਿਲੇਗੀ। ਡਾਕਟਰ ਸਾਹਿਬ, ਅੱਜ ਤੁਹਾਡੀ ਸਟਾਰਟਿੰਗ ਜਿਹੜੀ ਵੀਡੀਓ ਦੀ, ਤੁਸੀਂ ਕਿਸ ਚੀਜ਼ ਤੋਂ ਕਰਨ ਲੱਗ ਪਏ? ਕਿਹੜੇ ਕਿਹੜੇ ਮਰੀਜ਼ਾਂ ਨੂੰ ਤੁਸੀਂ ਠੀਕ ਕਰਦੇ ਹੋ? ਕਿਹੜੀ ਕਿਹੜੀ ਬਿਮਾਰੀਆਂ ਤੁਸੀਂ ਠੀਕ ਕਰਦੇ ਹੋ, ਸਾਰੀਆਂ ਦੱਸਣੀਆਂ। ਬੈਠੋ। ਕਈ ਬਿਮਾਰੀਆਂ ਅਸੀਂ ਸਾਰੀ ਆਲਮੋਸਟ ਸਾਰੀਆਂ ਹੀ ਬਿਮਾਰੀਆਂ ਠੀਕ ਕਰਦੇ ਹਾਂ ਆਯੁਰਵੈਦਿਕ ਦਵਾਈਆਂ ਨਾਲ, ਡਾਈਟ, ਲਾਈਫ ਸਟਾਈਲ ਦੱਸ ਕੇ ਪੇਸ਼ੈਂਟਸ ਨੂੰ। ਮੇਰੇ ਇੱਥੇ ਪੰਚਕਰਮਾ ਥੈਰੇਪੀਜ਼ ਵੀ ਹੁੰਦੀਆਂ ਨੇ, ਉਹ ਵੀ ਨਾਲ ਕਰਨੇ ਆ ਜਿੱਥੇ ਜ਼ਰੂਰਤ ਹੁੰਦੀ ਹੈ। ਬਿਲਕੁਲ। ਮੈਂ ਛੋਟੀ ਜਿਹੀ ਗੱਲ ਦੱਸਣਾ ਚਾਹੁੰਦਾ, ਇਹ ਕਲੀਨਿਕ ਡਾਕਟਰ ਸਾਹਿਬ ਦਾ ਹੈਗਾ ਮੁਕਰਜੀ ਨਗਰ 'ਚ, ਬਹੁਤ ਹੀ ਫੇਮਸ ਜਗ੍ਹਾ ਹੈਗੀ ਹੈ। ਬਾਕੀ ਡਿਸਕ੍ਰਿਪਸ਼ਨ 'ਚ ਪੂਰਾ ਐਡਰੈਸ ਹੋਏਗਾ, ਲਿੰਕ 'ਚ ਪੂਰਾ ਡਾਕਟਰ ਸਾਹਿਬ ਦਾ ਨੰਬਰ ਹੋਏਗਾ, ਉਹਦੇ 'ਚ ਕੋਸ਼ਿਸ਼ ਕਰਨਾ, ਵਟਸਐਪ ਰਾਹੀਂ ਤੁਸੀਂ ਆਪਣੇ ਜਿਹੜੇ ਵੀ ਕੁਐਸਚਨ ਆ ਉਹ ਤੁਸੀਂ ਪੁੱਛ ਸਕਦੇ ਹੋ। ਹਾਂਜੀ ਡਾਕਟਰ ਸਾਹਿਬ। ਤੇ ਬਾਕੀ ਕਈਆਂ ਨੂੰ ਕੁਐਰੀ ਹੋਏਗੀ ਕਿ ਅਸੀਂ ਇਸ ਕਲੀਨਿਕ ਵਿੱਚ ਕਿਉਂ ਜਾਈਏ? ਬਿਲਕੁਲ ਬਿਲਕੁਲ। ਅੱਜ ਕੱਲ ਸਾਰਾ ਹਰ ਬੰਦਾ ਪਹਿਲੇ ਰਿਵਿਊਜ਼ ਚੈੱਕ ਕਰਦਾ ਹੈ, ਉਸ ਤੋਂ ਬਾਅਦ ਅਸੀਂ ਕੋਈ ਚੀਜ਼ ਵੀ ਖਰੀਦ ਰਹੇ ਹਾਂ ਤਾਂ ਵੀ ਅਸੀਂ ਪਹਿਲੇ ਪੂਰਾ ਦੇਖਦੇ ਹਾਂ। ਯੈਸ, ਉਹਦੇ ਵਾਸਤੇ ਜੇ ਕਿਸੇ ਨੂੰ ਸੈਟੀਸਫੈਕਸ਼ਨ ਪਹਿਲੇ ਕਰਨੀ ਹੋਏ, ਗੂਗਲ ਤੇ ਮੇਰਾ ਕਲੀਨਿਕ ਦਾ ਪੇਜ ਹੈਗਾ ਆਯੁਰਵੈਦਿਕ ਕਲੀਨਿਕ ਡਾਕਟਰ ਰੀਨਾ ਅਰੋੜਾ, ਉਹ ਪਹਿਲੇ ਰਿਵਿਊਜ਼ ਲੋਕੀ ਵੇਖ ਸਕਦੇ ਨੇ, ਉਹ ਜੈਨੂਇਨ ਪੇਸ਼ੈਂਟਸ ਦੇ ਰਿਵਿਊਜ਼ ਨੇ, ਉਸ ਤੋਂ ਬਾਅਦ ਤੁਸੀਂ ਮੇਰੇ ਕੋਲ ਆਓ, ਸੈਟੀਸਫਾਈ ਹੋ। ਮੈਂ ਉਹਦਾ ਲਿੰਕ ਵੀ ਦੇ ਦਾਂਗਾ ਦਰਸ਼ਕਾਂ ਨੂੰ ਕਿ ਉਹ ਦੇਖ ਕੇ, ਬਿਲਕੁਲ, ਉਹਨੂੰ ਸਟੱਡੀ ਕਰਕੇ ਤੁਹਾਡੇ ਕੋਲ ਆਣ। ਬਿਲਕੁਲ, ਕਿਉਂਕਿ ਜਦ ਤੱਕ ਤੁਹਾਨੂੰ ਪੂਰਾ ਵਿਸ਼ਵਾਸ ਨਹੀਂ ਹੁੰਦਾ ਤਾਂ ਦਵਾਈ ਅਸਰ ਨਹੀਂ ਕਰਦੀ। ਬਿਲਕੁਲ ਠੀਕ ਗੱਲ ਹੈ। ਪੰਜਾਬੀਆਂ ਦੀ ਜਾਂ ਕਹਿ ਲਓ ਸਾਰਿਆਂ ਦੀ ਇਹ ਤੇ ਇੱਕ ਹੈਗੀ ਗੱਲ, ਜਦੋਂ ਤੱਕ ਉਹਦੇ ਤੇ ਵਿਸ਼ਵਾਸ ਨਹੀਂ ਕਰਨਗੇ ਨਾ, ਤਦ ਤੱਕ ਉਹਦਾ ਪ੍ਰੈਕਟੀਕਲ ਦੇਖਣਗੇ ਨਹੀਂ ਕਿ ਹਾਂ ਐਵੇਂ ਆ ਐਵੇਂ ਆ, ਤਦ ਤੱਕ ਉਹ ਤੇ ਵਿਸ਼ਵਾਸ ਨਹੀਂ ਕਰਨਗੇ। ਬਿਲਕੁਲ ਗੱਲ ਠੀਕ ਆ। ਤੇ ਇਹਦਾ ਮੈਂ ਲਿੰਕ ਮੈਂ ਦੇ ਦਾਂਗਾ ਡਿਸਕ੍ਰਿਪਸ਼ਨ ਦੇ ਵਿੱਚ ਜਿਹੜੇ ਵੀ। ਔਰ ਦੂਸਰੀ ਗੱਲ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਦਰਸ਼ਕਾਂ ਨੂੰ, ਦਿਖਾਓ ਇੱਕ ਵਾਰੀ ਇਹ ਸਾਰੇ ਜਿਹੜੀ ਵੀ, ਦੇਖੋ ਸਾਰੇ ਦਿਖਾਓ, ਇਹ ਸਾਰੇ ਅਵਾਰਡ ਮਿਲੇ ਹੋਏ ਨੇ, ਸਾਰੇ ਸਰਟੀਫਿਕੇਟ ਮਿਲੇ ਹੋਏ ਨੇ। ਇੱਧਰ ਵੀ ਅਵਾਰਡ ਵੀ ਦਿਖਾਓ ਡਾਕਟਰ ਸਾਹਿਬ ਦੇ, ਇਹ ਦੇਖੋ, ਇਹ ਡਾਕਟਰ ਸਾਹਿਬ ਦੇ ਬਹੁਤ ਇੰਟਰਵਿਊ ਵੀ ਆਏ ਹੋਏ ਨੇ ਟੀਵੀ ਤੇ, ਰੇਡੀਓ ਤੇ, ਯੂਟਿਊਬ ਤੇ। ਡਾਕਟਰ ਸਾਹਿਬ ਦਾ ਆਪਣਾ ਚੈਨਲ ਵੀ ਹੈਗਾ, ਮੈਂ ਪਹਿਲੇ ਇਸ ਕਰਕੇ ਦੱਸਣਾ ਚਾਹੁੰਦਾ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਕਿ ਮਤਲਬ ਜਿਹਨਾਂ ਨੂੰ ਨਹੀਂ ਵਿਸ਼ਵਾਸ ਵਾਲੀ ਗੱਲ ਆਉਂਦੀ ਹੈ, ਜੋ ਇਹ ਲਿੰਕ ਮੈਂ ਦੇ ਰਿਹਾ ਇਹਨੂੰ ਦੇਖ ਸਕਦੇ ਹੋ ਤੁਸੀਂ। ਉਹਦੇ 'ਚ ਮਤਲਬ ਇਹਨਾਂ ਦੇ ਟੀਵੀ 'ਤੇ ਵੀ ਆਏ ਹੋਏ ਨੇ, ਰੇਡੀਓ 'ਤੇ ਆਏ ਹੋਏ ਨੇ, ਯੂਟਿਊਬ 'ਤੇ ਆਏ ਹੋਏ ਨੇ, ਇਹਨਾਂ ਦਾ ਚੈਨਲ ਵੀ ਆ, ਕਿਸੇ ਚੀਜ਼ ਵੀ ਤੁਸੀਂ ਦੇਖ ਸਕਦੇ ਹੋ, ਫਾਇੰਡ ਆਊਟ ਕਰ ਸਕਦੇ ਹੋ। ਅਤੇ ਮੈਂ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪੂਰਾ ਹੈਗਾ, ਤੁਸੀਂ ਦੇਖ ਸਕਦੇ ਹੋ। ਅਤੇ ਇਹ ਸਾਰੇ ਮਤਲਬ ਇਹਨਾਂ ਨੂੰ ਸਰਟੀਫਿਕੇਟ ਸਭ ਬਹੁਤ ਸਨਮਾਨਿਤ ਕੀਤਾ ਜਾਂਦਾ ਕਿਹਾ। ਅਤੇ ਮੈਂ ਇਹੀ ਵੀਡੀਓ ਦੇਖ ਕੇ ਹੀ, ਵੀਡੀਓ ਦੇ ਰਾਹੀਂ ਡਾਕਟਰ ਸਾਹਿਬ ਦੇ ਕੋਲ ਪਹੁੰਚਿਆ। ਮੈਂ ਇਹ ਵੀ ਦੱਸ ਦਿੰਦਾ ਤੁਹਾਨੂੰ, ਵੀਡੀਓ ਦੇਖ ਰਿਹਾ ਸੀ ਉਹਦੇ 'ਚ ਇਹਨਾਂ ਦਾ ਇੰਟਰਵਿਊ, ਇੰਨਾ ਮੈਨੂੰ ਇੰਪ੍ਰੈਸ ਹੋਇਆ ਮੈਂ ਦੇਖ ਕੇ ਕਿ ਵਾਕਈ ਇਹਨਾਂ ਦੀ, ਇਹਦੇ ਨਾਲ ਗੱਲਾਂ ਦੇ ਨਾਲ ਹੀ ਅੱਧੇ ਬੰਦੇ ਦਾ, ਇਹਨਾਂ ਦੀ ਗੱਲਾਂ ਦੇ ਨਾਲ ਹੀ ਠੀਕ ਹੋ ਜਾਣਗੇ। ਤੁਸੀਂ ਦੇਖੋਗੇ ਤੁਹਾਨੂੰ ਆਪਣੇ ਪਤਾ ਲੱਗੇਗਾ ਕਿ ਇਹਨਾਂ ਦੀ ਜਿਹੜੀ ਗੱਲਾਂ ਦੇ ਰਾਹੀਂ ਨਾ, ਇਹਨਾਂ ਦੇ ਗੱਲਾਂ 'ਚ ਇੰਨਾ ਅਸਰ ਹੈਗਾ,
ਮਤਲਬ ਉਹਨਾਂ ਨੂੰ ਕੁਝ ਦਵਾਈ ਲੈਣ ਦੀ ਲੋੜ ਹੀ ਨਹੀਂ ਆ, ਅਗਰ ਡਾਇਟ ਤਰੀਕੇ ਨਾਲ ਲਏ ਬਿਲਕੁਲ, ਡਾਕਟਰ ਸਾਹਿਬ ਨੇ ਮੈਨੂੰ ਦੱਸਿਆ, ਬਾਕੀ ਦੱਸਣਗੇ ਡਾਕਟਰ ਸਾਹਿਬ। ਹਾਂਜੀ ਮੈਂ ਇਹੋ ਹੀ ਕਹਿਣਾ ਚਾਹੁੰਦੀ ਹਾਂ ਕਿ ਜਿਹੜਾ ਵੀ ਬੰਦਾ ਹੈ ਜੇ ਕੋ ਉਹਨੂੰ ਬਿਮਾਰੀ ਨਹੀਂ ਵੀ ਹੈਗੀ ਤਾਂ ਵੀ ਉਹਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ ਆਪਣੀ ਹੈਲਥ ਨੂੰ ਮੇਨਟੇਨ ਕਰਨ ਵਾਸਤੇ। ਅੱਛਾ, ਜ਼ਰੂਰੀ ਨਹੀਂ ਤੁਹਾਡੀ ਬਿਲਕੁਲ ਤਬੀਅਤ ਖਰਾਬ ਹੋ ਜਾਏ ਤਾਂ ਤੁਸੀਂ ਹਸਪਤਾਲ ਨਾ ਬਿਲਕੁਲ ਸਿਰੇ ਆ ਕੇ ਜਾਓ, ਯੈਸ ਨਾ ਉਹ ਗੱਲ ਨਹੀਂ, ਉਸ ਤੋਂ ਪਹਿਲਾਂ ਹੀ ਚੈੱਕ ਕਰਾ ਲਓ, ਤੁਸੀਂ ਮੇਨਟੇਨ ਕਰਨ ਵਾਸਤੇ ਵੀ ਡਾਕਟਰ ਨੂੰ ਮਿਲੋ ਜੀ 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 ਕਿ ਤੁਸੀਂ ਕੀ ਖਾਣਾ ਚਾਹੀਦਾ ਤੁਹਾਨੂੰ, ਕੀ ਤੁਹਾਡਾ ਲਾਈਫ ਸਟਾਈਲ ਹੋਣਾ ਚਾਹੀਦਾ, ਕਿਵੇਂ ਤੁਹਾਨੂੰ ਅੱਜ ਕੱਲ ਅੱਧੀਆਂ ਪ੍ਰੋਬਲਮਸ ਤੇ ਲਾਈਫ ਸਟਾਈਲ ਡਿਸਆਰਡਰਸ ਹੋ ਗਈਆਂ ਨੇ ਬੱਚਿਆਂ ਨੂੰ। ਬਿਲਕੁਲ ਬਿਲਕੁਲ, ਤੇ ਐਕਸਰਸਾਈਜ਼ ਵੀ ਦੱਸ ਦਿਓ ਤੁਸੀਂ ਉਹਨਾਂ ਦੇ ਬਾਰੇ ਨਾਲ ਨਾਲ, ਜੀ ਐਕਸਰਸਾਈਜ਼ ਡਾਈਟ ਸਾਰਾ ਤੁਹਾਨੂੰ ਮਤਲਬ ਸਲਾਹ ਦੇਣਗੇ, ਉਸ ਤਰੀਕੇ ਨਾਲ ਤੁਸੀਂ ਚੱਲੋਗੇ ਤੁਹਾਨੂੰ ਦਵਾਈਆਂ ਦੀ ਲੋੜ ਹੀ ਨਹੀਂ ਪੈਣੀ ਪਹਿਲੀ ਗੱਲ। ਤੇ ਮਤਲਬ ਕਿਸ ਕਿਸ ਮਤਲਬ ਜਿਵੇਂ ਬੀਪੀ ਹੋ ਗਿਆ, ਸ਼ੂਗਰ ਹੋ ਗਿਆ, ਕਿਹੜੇ ਕਿਹੜੇ ਮਤਲਬ ਜਿਹੜੀ ਬਿਮਾਰੀਆਂ ਦੇ ਤੁਸੀਂ ਇਲਾਜ ਕਰਦੇ ਹੋ? ਬੀਪੀ, ਸ਼ੂਗਰ, ਆਰਥਰਾਈਟਿਸ, ਹਾਈਪਰ ਐਸਿਡਿਟੀ, ਕਈ ਲੋਕੀ ਸਵੇਰੇ ਉੱਠਦੇ ਆ ਪਹਿਲੇ ਗੋਲੀ ਖਾਂਦੇ ਨੇ ਐਸਿਡਿਟੀ ਦੀ ਤਾਂ ਉਹਨਾਂ ਦਾ ਦਿਨ ਸ਼ੁਰੂ ਹੁੰਦਾ, ਉਹ ਸਾਡੇ ਕੋਲ ਤੇ ਜਿਹੜਾ ਵੀ ਆਇਆ ਸੀ ਉਹ ਯੂਜੁਅਲੀ ਬੰਦ ਹੀ ਕਰਾ ਦਿੰਦੇ ਆ। ਅੱਛਾ, ਕਿਉਂਕਿ ਉਹਨੂੰ ਡਾਈਟ ਤੇ ਲਾਈਫ ਸਟਾਈਲ ਐਵੇਂ ਦਾ ਸਮਝਾਈਦਾ ਕਿ ਉਹ ਬੰਦ ਹੋ ਜਾਂਦੀ ਹੈ, ਲੋੜ ਹੀ ਨਹੀਂ ਪੈਂਦੀ ਉਸ ਤੋਂ, ਔਰ ਦੇਣੀ ਵੀ ਪਏ ਤਾਂ ਤੁਹਾਨੂੰ ਆਯੁਰਵੇਦ ਦੇਣਗੇ। ਹੈ ਆਪਣੇ ਦਿੰਦੇ ਆ, ਡਾਈਟਸ ਐਵੇਂ ਦੀਆਂ ਕਈ ਹੈਗੀਆਂ ਜਿਹੜੀਆਂ ਐਸਿਡਿਟੀ ਠੀਕ ਕਰਦੀਆਂ ਨੇ। ਅੱਛਾ, ਐਸਿਡਿਟੀ ਮੈਂ ਸਿਰਫ ਇੱਕੋ ਡਿਜ਼ੀਜ਼ ਇਸ ਤੋਂ ਕਹਿ ਰਹੀ ਹਾਂ, ਦੱਸ ਰਹੀ ਹਾਂ ਆਪਾਂ ਆਪਣੇ ਚੈਨਲ ਤੇ ਕੁਝ ਦੱਸ ਵੀ ਸਕਦੇ ਹਾਂ ਕੋਈ ਇਦਾਂ ਦੀ ਡਾਈਟ ਡੂਟ ਮੈਂ ਆ ਰਹੀ ਹਾਂ ਉਸੇ ਪੁਆਇੰਟ ਤੇ। ਹਾਂਜੀ ਹਾਂਜੀ, ਐਸਿਡਿਟੀ ਜਿਹੜੇ ਜ਼ਿਆਦਾਤਰ 90% ਲੋਕਾਂ ਨੂੰ ਹੁੰਦੀ ਹੈ, ਹਾਂਜੀ ਹਾਂਜੀ, ਉਹ ਅਕਸਰ ਇਨਡਾਈਜੈਸ਼ਨ ਦੀ ਵਜ੍ਹਾ ਤੋਂ ਹੁੰਦੀ ਹੈ। ਓਕੇ, ਇਨਡਾਈਜੈਸ਼ਨ ਲੋਕੀ ਕੀ ਕਰਦੇ ਨੇ, ਸਿਰਫ ਐਂਟੀਐਸਿਡ ਲੈ ਕੇ ਉਹਨੂੰ ਸਪਰੈਸ ਕਰਦੇ ਨੇ, ਉਹ ਕੋਈ ਸੋਲੂਸ਼ਨ ਨਹੀਂ ਹੈਗਾ ਮਤਲਬ ਕੁਝ ਟਾਈਮ ਵਾਸਤੇ। ਯੈਸ, ਹਾਂ, ਬੇਸਿਕ ਰੂਟ ਕਾਜ਼ ਤੇ ਗਏ ਹੀ ਨਹੀਂ ਅਸੀਂ, ਉਹ ਆਯੁਰਵੇਦ ਨਾਲ ਅਸੀਂ ਕਰ ਸਕਦੇ ਹਾਂ, ਵਜ੍ਹਾ ਤਾਂ ਢੂੰਡੀ ਨਹੀਂ ਕਿਉਂ ਵਜ੍ਹਾ ਕੀ ਆ। ਠੀਕ ਗੱਲ, ਉਹ ਸਿਰਫ 3-4 ਚੀਜ਼ਾਂ ਛੱਡ ਕੇ ਜਾਂ ਇੱਕ ਗੋਲੀ ਲੈ ਕੇ ਤੁਸੀਂ ਟੈਂਪਰੇਰੀਲੀ ਸਪਰੈਸ ਕਰ ਸਕਦੇ ਹੋ, ਬਟ ਉਹ ਠੀਕ ਤੇ ਨਹੀਂ ਹੋਈ, ਉਹ ਪਰਮਾਨੈਂਟ ਤਾਂ ਨਹੀਂ ਹੋਈ, ਉਹ ਤਾਂ ਫਿਰ ਉਹਦੇ ਵੀ ਉਹਦੇ ਸਟੇ ਲੱਗ ਗਈ। ਠੀਕ ਆ, ਹੁਣ ਬੀਪੀ, ਇੱਕ ਪੇਸ਼ੈਂਟ ਆਇਆ ਮੇਰੇ ਕੋਲ, ਉਹਨਾਂ ਇੰਨਾ ਹਾਈ ਬੀਪੀ, ਉਹ ਐਲੋਪੈਥਿਕ ਦਵਾਈ ਵੀ ਲੈ ਰਿਹਾ ਤਾਂ ਵੀ ਨਹੀਂ ਕੰਟਰੋਲ ਹੋ ਰਿਹਾ। ਅੱਛਾ, ਫਿਰ ਉਹਨੂੰ ਅਸੀਂ ਸ਼ਿਰੋਧਾਰਾ ਕੀਤੀ, ਉਸ ਤੋਂ ਬਾਅਦ ਉਹਨਾਂ ਬੀਪੀ ਚੈੱਕ ਕੀਤਾ, ਉਹ ਬੀਪੀ ਬਿਲਕੁਲ ਨਾਰਮਲ। ਅੱਛਾ, ਹਾਂ, ਕਿਉਂਕਿ ਉਹਨੂੰ ਸਟ੍ਰੈਸ ਸੀ ਬੜਾ। ਨਾਮ ਲਿਤਾ ਤੁਸੀਂ? ਸ਼ਿਰੋਧਾਰਾ, ਉਹਨੇ ਜਿੱਥੇ ਤੇਲ ਪਾਈਦਾ ਮੱਥੇ ਤੇ, ਮੈਂ ਤੁਹਾਨੂੰ ਦਿਖਾਵਾਂਗੀ ਉਹਨੇ। ਅੱਛਾ, ਇਹ ਆਯੁਰਵੇਦ ਦਾ ਹੀ ਹੈ? ਹਾਂ, ਆਯੁਰਵੇਦ ਪੰਚਕਰਮ ਦਾ ਇੱਕ ਟ੍ਰੀਟਮੈਂਟ ਹੈਗਾ। ਓਕੇ, ਇਹ ਵੀ ਆਪਾਂ ਦਿਖਾਵਾਂਗੇ, ਮੈਂ ਤੁਹਾਨੂੰ ਇਹਦੀ ਵੀਡੀਓ ਵੀ ਸ਼ੇਅਰ ਕਰ ਦਾਂਗੀ ਮੈਂ, ਆਪਾਂ ਹੁਣ ਹਾਂ ਉਹ ਦਿਖਾ ਦਾਂ, ਇਹ ਵੀ ਐਕਸਪਲੋਰ ਕਰਾਂਗੇ ਹੁਣੇ ਤੁਹਾਨੂੰ ਦਰਸ਼ਕਾਂ ਨੂੰ, ਉਹਦੇ ਚ ਨਾਲੇ ਉਹਦੇ ਚ ਹੈਡ ਮਸਾਜ ਕਰੀ ਦੀਏ। ਅੱਛਾ, ਕਿਉਂਕਿ ਯੂਜੁਅਲੀ ਬੀਪੀ ਵੱਧਦਾ ਹੈ ਕਈ ਵਾਰੀ ਸਟ੍ਰੈਸ ਤੋਂ ਵੱਧਦਾ ਹੈ। ਬਿਲਕੁਲ ਬਿਲਕੁਲ, ਉਹ ਜਿਹੜਾ ਸਟ੍ਰੈਸ ਹੈ ਉਹ ਸ਼ਿਰੋਧਾਰਾ ਨਾਲ ਬਹੁਤ ਹੱਦ ਤੱਕ ਕੰਟਰੋਲ ਹੋ ਜਾਂਦਾ, ਮਤਲਬ ਗੋਲੀ ਗਾਲੀ ਲੈਣ ਦੀ ਲੋੜ ਹੀ ਨਹੀਂ ਪੈਣੀ ਤੁਹਾਨੂੰ। ਹਾਂ, 90%। ਵੈਰੀ ਗੁੱਡ, ਇਹ ਵੀ ਇੱਕ ਐਕਸਰਸਾਈਜ਼ ਹੋ ਗਈ, ਇੱਕ ਮਤਲਬ ਡਰਗਲੈਸ ਥੈਰੇਪੀ, ਹਾਂ ਥੈਰੇਪੀ ਹੋ ਗਈ। ਖੈਰ, ਤੇ ਮਤਲਬ ਇਹ ਵੀ ਕਰਾਉਣਾ ਚਾਹੋ ਤੇ ਤੁਹਾਨੂੰ ਲਿੰਕ ਦੇ ਵਿੱਚ ਨੰਬਰ ਜਿਹੜਾ ਦਿੱਤਾ ਡਿਸਕਸ ਕਰ ਸਕਦੇ ਹੋ ਤੁਸੀਂ ਡਾਕਟਰ ਸਾਹਿਬ ਨਾਲ, ਤੇ ਇਦਾਂ ਇਦਾਂ ਦੀ ਹੋਰ ਵੀ ਕਈ ਬਿਮਾਰੀਆਂ ਜਿਹੜੀਆਂ ਥੈਰੇਪੀ ਵਰਕ ਕਰਕੇ ਵੀ ਠੀਕ ਹੋ ਜਾਣ। ਯੈਸ, ਆਰਥਰਾਈਟਿਸ ਹੈ ਹੁਣ ਜਿਵੇਂ ਸਾਰਿਆਂ ਨੂੰ ਉਮਰ ਨਾਲ ਹੋਣਾ ਹੀ ਹੈ, ਤੁਸੀਂ ਏਜਿੰਗ ਨੂੰ ਤੇ ਨਹੀਂ ਪ੍ਰੀਵੈਂਟ ਕਰ ਸਕਦੇ ਨਾ, ਉਹਨੂੰ ਰੋਕ ਤੇ ਨਹੀਂ ਸਕਦੇ, ਗੱਡੀ ਪੁਰਾਣੀ ਹੋ ਰਹੀ ਹੈ, ਸਰਵਿਸ ਮੰਗਦੀ ਹੈ, ਬਿਲਕੁਲ ਬਿਲਕੁਲ, ਅਸੀਂ ਉਹਨੂੰ ਘਸੀਟਦੇ ਰਹਿੰਦੇ ਹਾਂ ਉਸੇ ਪੇਸ ਤੇ, ਬਲਕਿ ਹਾਂ ਉਹ ਕੰਮ ਜ਼ਿਆਦਾ ਵੱਧ ਜਾਂਦਾ ਲੋਕਾਂ ਦਾ ਜਿਵੇਂ ਜਿਵੇਂ ਉਮਰ ਵੱਧਦੀ ਹੈ। ਆਰਥਰਾਈਟਿਸ ਵਾਲੇ ਪੇਸ਼ੈਂਟਸ ਨੂੰ ਜਾਨੂ ਬਸਤੀ ਇੱਕ ਟ੍ਰੀਟਮੈਂਟ ਹੈਗਾ, ਉਹ ਅਸੀਂ ਕਰਨੇ ਆ, ਤੇ ਉਹ ਗੋਡਿਆਂ ਦੇ ਚਾਰੋਂ ਤਰਫ ਇੱਕ ਸਰਕਲ ਲਗਾ ਕੇ ਉਹਦੇ ਵਿੱਚ ਤੇਲ ਪਾਈਦਾ, ਜਿਨ੍ਹਾਂ ਦਾ ਗੈਪ ਘਟ ਗਿਆ, ਗਰੀਸ ਘਟ ਗਈ, ਉਹ ਵੀ ਆਪਾਂ ਕਰਦੇ ਹਾਂ ਇੱਥੇ। ਹਾਂ, ਉਹ ਲੋਕਲੀ ਨਿਊਟ੍ਰੀਸ਼ਨ ਮਿਲਦਾ ਉਹਦੇ ਨਾਲ, ਵੈਰੀ ਗੁੱਡ, ਤੇ ਐਕਸਰਸਾਈਜ਼ ਵਗੈਰਾ ਤੇ ਡਾਈਟ ਵਗੈਰਾ ਵੀ ਦੱਸਣੀ ਆ। ਇਹ ਤਾਂ ਅੱਜ ਕੱਲ ਸਮਝ ਲਓ ਕਿ ਆਫਟਰ 50 ਤੇ ਲੋਡ ਪੈਂਦੀ ਪੈਂਦੀ ਹੈ, ਤੁਸੀਂ ਜ਼ਿਆਦਾ ਕਹਿਤਾ ਹੈ ਅੱਜ ਕੱਲ। ਅੱਛਾ, ਲੋਕਾਂ ਨੂੰ ਕਈ ਐਵੇਂ ਦੇ ਨੇ ਜਿਨ੍ਹਾਂ ਨੂੰ 30-40 ਤੋਂ ਬਾਅਦ ਲੋਡ ਪੈਣ ਲੱਗ ਪੈਂਦੀ। ਅੱਛਾ, ਕਿਉਂਕਿ ਸੈਡੈਂਟਰੀ ਐਕਟੀਵਿਟੀਜ਼ ਜ਼ਿਆਦਾ ਹੈ, ਫਿਜ਼ੀਕਲ ਐਕਟੀਵਿਟੀ ਕੋਈ ਕਰਦਾ ਨਹੀਂ, ਐਕਟੀਵਿਟੀ ਨਹੀਂ ਹੈ ਬਿਲਕੁਲ, ਉਹ ਮੇਨਟੇਨੈਂਸ ਘਟ ਗਈ ਹੈ ਫਿਰ ਬੋਡੀ ਦੀ। ਮੈਂ ਸੁਣਿਆ ਕਿ ਬਈ ਜਿਵੇਂ ਜਿਨ੍ਹਾਂ ਨੂੰ ਐਸਿਡਿਟੀ ਜਿਵੇਂ ਗੈਸ ਬਣਨੀ ਸ਼ੁਰੂ ਹੋਵੇ, ਤੇ ਗੈਸ ਦੇ ਨਾਲ ਹੀ ਕਈ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ। ਬਿਲਕੁਲ, ਸਿਰ ਦਰਦ ਹੁੰਦਾ ਲੋਕਾਂ ਨੂੰ, ਬਹੁਤ ਸੀਵੀਅਰ ਮਾਈਗ੍ਰੇਨ ਹੋ ਜਾਂਦਾ ਜੇ ਗੈਸ ਤੁਹਾਡੀ ਠੀਕ ਨਹੀਂ ਹੋਈ, ਗੈਸ ਨਹੀਂ ਹੋਈ ਤੇ, ਉਹ ਰੈਗੂਲਰ ਰਹੀ ਜੇ ਉਹਨਾਂ ਜਿਵੇਂ ਸਿਰ ਦਰਦ ਹੋ ਗਿਆ, ਗੈਸ ਬਣਨੀ,
ਤੇ ਨਾਲੇ ਬੀਪੀ ਸ਼ੂਗਰ ਉਹਦੇ ਨਾਲ ਤੋਂ ਸ਼ੁਰੂ ਹੋ ਜਾਂਦਾ ਮੈਂ ਸੁਣਿਆ। ਯੈਸ, ਅਲਸਰ ਵੀ ਹੋ ਜਾਂਦਾ ਹੈ ਕਈਆਂ ਨੂੰ, ਜ਼ਿਆਦਾ ਹਾਈਪਰ ਐਸਿਡਿਟੀ ਹੋ ਰਹੀ ਹੈ ਅੱਛਾ ਅੰਦਰ, ਜਿਵੇਂ ਮਤਲਬ ਇਹ ਮਾਈਨਰ ਦੀ ਚੀਜ਼ ਦੇ ਨਾਲ ਅੱਗੇ ਬਹੁਤ ਜ਼ਿਆਦਾ। ਇਹ ਵਜ੍ਹਾ ਪਤਾ ਕੀ ਹੈ, ਲੋਕੀ ਜਦੋਂ ਬਿਮਾਰੀ ਥੋੜੀ ਜਿਹੀ ਹੁੰਦੀ ਹੈ ਨਾ ਉਹਨੂੰ ਇਗਨੋਰ ਕਰਦੇ ਨੇ, ਉਹਨੂੰ ਸਪਰੈਸ ਕਰਦੇ ਨੇ, ਉਹਨੂੰ ਰੀਲਾਂ ਵੇਖ ਵੇਖ ਕੇ ਯੂਟਿਊਬ ਤੋਂ ਵੇਖ ਵੇਖ ਕੇ ਉਹਦੇ ਖੁਦ ਹੀ ਡਾਕਟਰ ਬਣੇ ਪਏ ਨੇ। ਹਾਂ ਠੀਕ ਗੱਲ ਹੈ, ਉਹ ਜਿਹੜਾ ਬਹੁਤ ਗਲਤ ਹੈ ਉਹ। ਕਈ ਵਾਰ ਜਾਂ ਤੁਸੀਂ ਦੇਖ ਲਓ, ਬਾਕੀ ਆਪਣੀ ਨੌਲੇਜ ਵਾਲੇ ਥੋੜਾ ਦੇਖ ਲਓ, ਬਾਕੀ ਡਾਕਟਰ ਨਾਲ ਕੰਸਲਟ ਜ਼ਰੂਰ ਕਰੋ। ਯੈਸ, ਉਹ ਤੁਹਾਨੂੰ ਪਤਾ ਕੀ ਹੈ, ਆਯੁਰਵੇਦ ਪਰਸਨਲਾਈਜ਼ਡ ਟ੍ਰੀਟਮੈਂਟ ਹੈ। ਹੁਣ ਤੁਸੀਂ ਮੇਰੇ ਕੋਲ ਆਏ ਸੀ ਐਪੀ ਜੀ, ਮੈਂ ਤੁਹਾਡੀ ਨਬਜ਼ ਵੇਖੀ, ਮੈਂ ਤੁਹਾਡੀ ਪੂਰੀ ਹਿਸਟਰੀ ਲਈ, ਬਿਲਕੁਲ ਬਿਲਕੁਲ, ਫਿਰ ਮੈਂ ਤੁਹਾਨੂੰ ਡਾਈਟ ਦੱਸੀ, ਲਾਈਫ ਸਟਾਈਲ ਦੱਸਾ, ਦਵਾਈ ਦੱਸੀ, ਥੈਰੇਪੀ ਦੱਸੀ। ਮੈਂ ਉਹਨਾਂ ਚੀਜ਼ਾਂ ਤੋਂ ਇੰਪ੍ਰੈਸ ਹੋ ਗਿਆ ਜਿਹੜੀ ਵੀਡੀਓ ਬਣਾਉਣ ਦਾ ਮੇਰਾ ਸ਼੍ਰੇਅ ਸੀਗਾ, ਸਿਰਫ ਵੀ ਮੋਟਿਵ ਜਿਹੜਾ ਸੀਗਾ ਕਹਿ ਲਓ ਕਿ ਵੀ ਮੈਂ ਇੰਨਾ ਇੰਪ੍ਰੈਸ ਹੋਇਆ ਕਿ ਮੈਂ ਇੱਕ ਦੋ ਗੋਲੀਆਂ ਖਾ ਰਿਹਾ ਸੀਗਾ ਤੇ, ਲੇਕਿਨ ਉਹ ਪਰਮਾਨੈਂਟ ਨਹੀਂ ਹੈਗਾ। ਬਿਲਕੁਲ, ਤੇ ਡਾਕਟਰ ਸਾਹਿਬ ਕੋਲ ਆਇਆ, ਇਹਨਾਂ ਨੇ ਥੈਰੇਪੀ ਮੈਂ ਕਰਵਾਈ, ਜਿਵੇਂ ਮਸਾਜ ਕੀਤੀ, ਜਿਹੜਾ ਜੋ ਵੀ, ਮੈਨੂੰ ਬਹੁਤ ਆਨੰਦ ਮਿਲਿਆ। ਸੱਚੀ ਦੱਸ ਰਿਹਾ ਮੈਂ, ਸੀਰੀਅਸਲੀ ਦਰਸ਼ਕੋ, ਮੈਂ ਸੀਰੀਅਸਲੀ ਦੱਸ ਰਿਹਾ, ਮਤਲਬ ਵਾਕਈ ਮੈਨੂੰ ਇੰਨਾ ਰਿਲੀਫ ਮਿਲਿਆ। ਮਸਾਜ ਮੈਂ ਆਲਰੇਡੀ ਕਈ ਜਗ੍ਹਾ ਤੋਂ ਪਹਿਲੇ ਵੀ ਕਰਾਈਆਂ, ਲੇਕਿਨ ਉਹ ਚੀਜ਼ ਨਹੀਂ ਸੀ ਜੋ ਇਸ ਤਰੀਕੇ ਨਾਲ ਕਰਾਈ ਗਈ। ਇਹਨਾਂ ਨੂੰ ਪੂਰੀ ਨੌਲੇਜ ਹੈ ਵੀ ਕਿਹੜੀ ਨਸ ਦੱਬਣੀ ਹੈ, ਸਾਰੇ ਨਸਾਂ ਦਾ ਖੇਲ ਹੈ, ਠੀਕ ਹੈ ਜੀ, ਕਿਹੜੀ ਨਸ ਦੱਬਣੀ ਹੈ, ਕੀ ਕਰਨਾ। ਇਹਨਾਂ ਨੇ ਬੜੇ ਤਰੀਕੇ ਨਾਲ ਕਰਿਆ, ਬਹੁਤ ਵਧੀਆ, ਬਹੁਤ ਮਤਲਬ ਰਿਲੈਕਸ ਫੀਲ ਕੀਤਾ। ਤੇ ਅੱਬਲ ਦੇ ਇੱਕ ਦੋ ਦਿਨ ਹੀ ਹੋਏ ਨੇ ਉਸ ਮਸਾਜ ਕਰਾਉਣ ਤੋਂ, ਮੈਨੂੰ ਬਹੁਤ ਫਰਕ ਪਿਆ। ਤੇ ਮੈਂ ਤੁਹਾਨੂੰ ਸਾਰਿਆਂ ਨੂੰ ਸਲਾਹ ਦਵਾਂਗਾ ਪਰਸਨਲੀ ਕਿ ਉਹ ਲੇਡੀਜ਼ ਵਾਸਤੇ ਵੀ ਹੈਗਾ। ਬਿਲਕੁਲ, ਲੇਡੀਜ਼ ਵਾਸਤੇ ਲੇਡੀਜ਼ ਥੈਰੇਪੀਸ ਨੇ, ਥੈਰੇਪਿਸਟ ਹੈਗੀਆਂ ਨੇ, ਮੇਲਸ ਵਾਸਤੇ ਮੇਲ ਥੈਰੇਪਿਸਟ ਨੇ। ਹੁਣ ਜਿਵੇਂ ਤੁਹਾਡੀ ਵਾਈਫ ਦਾ ਕੀਤਾ ਸੀ, ਹਾਂਜੀ ਹਾਂਜੀ, ਉਹ ਮੈਂ ਦੱਸਣਾ, ਮੈਂ ਉਸੇ ਮੁੱਦੇ ਤੇ ਆਉਣ ਲੱਗਾ ਸੀਗਾ ਕਿਉਂਕਿ ਮੇਰੀ ਵਾਈਫ ਵੀ ਨਾਲ ਹੀ ਆਈ ਸੀਗੀ ਤੇ ਉਹਨਾਂ ਦਾ ਵੀ ਕਰਿਆ ਤੇ ਉਹਨਾਂ ਦੀ ਵੀ ਥੈਰੇਪੀ ਜੋ ਵੀ ਹੋਈ ਉਹਨਾਂ ਦੀ ਵੀ ਅੱਛਾ, ਉਹਨਾਂ ਨੇ ਵੀ ਮਤਲਬ ਰਿਜ਼ਲਟ ਅੱਛਾ ਆਇਆ, ਰਿਲੀਫ ਹੋ ਗਏ। ਤੇ ਹੋਰ ਉਹਦੇ ਇਲਾਵਾ ਆਪਾਂ ਕੀ ਕਰਦੇ ਹਾਂ? ਹੋਰ ਉਸ ਤੋਂ ਇਲਾਵਾ ਜਿਵੇਂ ਮੈਂ ਜਾਣੂ ਵਸਤ ਆਉਂਦੇ ਸੀ, ਐਵੇਂ ਕਟੀ ਬਸਤੀ ਇੱਕ ਹੁੰਦੀ ਹੈ ਜਿਹਨਾਂ ਨੂੰ ਕਮਰ ਦਰਦ ਰਹਿੰਦੀ ਹੈ ਕੰਟੀਨਿਊਸਲੀ, ਤੇ ਉਹ ਇੱਕ ਪਿੱਛੇ ਇੱਕ ਸਰਕਲ ਜਿਹਾ ਬਣਾਈਦਾ ਇੱਕ ਮੈਡੀਕੇਟਿਡ ਫਲੋਰ ਦਾ ਕਮਰ ਤੇ, ਇੱਥੇ ਉਹਦੇ ਵਿੱਚ ਤੇਲ ਪਾਈਦਾ, ਉਹਨੂੰ ਥੋੜੀ ਦੇਰ ਰੱਖੀਦਾ, ਔਰ ਡਿਫਰੈਂਟ ਟੈਂਪਰੇਚਰ ਤੇ ਉਹਦੀਆਂ ਲੇਅਰਸ ਹੁੰਦੀਆਂ ਨੇ। ਅੱਛਾ, ਸਭ ਤੋਂ ਉੱਤੇ ਵਾਲੀ ਲੇਅਰ ਜਿਹੜੀ ਹੁੰਦੀ ਹੈ ਤੇਲ ਦੀ, ਜੀ ਜੀ, ਉਹ ਇੰਨਾ ਗਰਮ ਹੁੰਦਾ ਕਿ ਉਹਦੇ ਵਿੱਚ ਪੂਰੀ ਤਲ ਸਕਦੇ ਹਾਂ ਅਸੀਂ। ਅੱਛਾ, ਹਾਂ, ਤੇ ਚਮੜੀ ਸੜਦੀ ਨਹੀਂ ਫਿਰ? ਨਹੀਂ, ਉਹ ਥੱਲੇ ਨਹੀਂ ਨਾ ਹੁੰਦੀ ਇੰਨੀ। ਅੱਛਾ, ਲੋਕਲ ਉਹਨੂੰ ਹੀਟ ਮਿਲਦੀ ਹੈ, ਨਿਊਟ੍ਰੀਸ਼ਨ ਮਿਲਦਾ ਹੈ, ਤੇ ਤਾਂ ਜਿਹੜੀ ਹੈ ਕਮਰ ਦਰਦ ਉਹ ਕਾਫੀ ਹੱਦ ਤੱਕ ਰਿਲੀਫ ਮਿਲਦਾ ਹੈ। ਉਸ ਤੋਂ ਬਾਅਦ ਮਸਾਜ ਵੀ ਕਰੀ ਦੀ ਹੈ, ਐਵੇਂ ਹੀ ਗਰੀਵਾ ਵਸਤੀ ਕਰੀ ਦੀ ਹੈ ਪਿੱਛੇ ਗਰਦਨ ਦੇ ਪਿੱਛੇ, ਜਿਹੜਾ ਸਰਵਾਈਕਲ ਦੇ ਪੇਸ਼ੈਂਟਸ ਵਾਸਤੇ ਕਰੀ ਦੀ ਹੈ, ਤੇ ਇੱਕ ਹਿਰਦ ਵਸਤੀ ਕਰੀ ਦੀ ਹੈ ਜਿਹੜੇ ਹਾਰਟ ਪੇਸ਼ੈਂਟ ਨੇ। ਇਹ ਚੀਜ਼ਾਂ ਸਾਰੀਆਂ ਇਹ ਜਿਹੜੀਆਂ ਵੈਸੇ ਮੈਡੀਟੇਸ਼ਨ ਜਿਹੜੀ ਕਰਦੇ, ਯੋਗਾ ਜੋ ਯੋਗ ਕਰਦੇ ਨੇ, ਉਹ ਲੋਕ ਜ਼ਿਆਦਾ ਕਰਦੇ ਨੇ ਮੇਰਾ ਖਿਆਲ ਹਿਸਾਬ। ਨਹੀਂ ਨਹੀਂ, ਪੰਚਕਰਮਾ ਇਹ ਚਾਹੁੰਦੀਆਂ ਨੇ ਇਹ ਚੀਜ਼ਾਂ। ਅੱਛਾ ਅੱਛਾ, ਇੱਥੇ ਅਸੀਂ ਮੈਡੀਟੇਸ਼ਨ ਵੀ ਕਰਵਾਉਂਦੇ ਹਾਂ, ਮੈਂ ਸਿਖਾਉਂਦੀ ਹਾਂ ਮੈਡੀਟੇਸ਼ਨ। ਯੈਸ, ਅੱਛਾ, ਤੇ ਮੈਂ ਮਾਸਟਰ ਸਾਹਿਬ ਨੂੰ ਇਸ ਮੈਡੀਟੇਸ਼ਨ ਦਾ ਵੀ ਪੂਰਾ ਐਕਸਪੀਰੀਅੰਸ ਹੈ, ਤੁਸੀਂ ਕੋਈ ਚੀਜ਼ ਬਾਰੇ ਪੁੱਛਣਾ ਚਾਹੋ ਤੇ ਉਹ ਵੀ ਪੁੱਛ ਸਕਦੇ ਹੋ, ਕੋਈ ਡਿਸਕਸ ਕਰਨਾ ਚਾਹੋ ਤੇ ਉਹ ਵੀ ਕਰ ਸਕਦੇ ਹੋ। ਤੇ ਮੈਡੀਟੇਸ਼ਨ ਵੀ ਮਤਲਬ ਪਰਸਨਲੀ ਪਹਿਲੇ ਮੇਰਾ ਖਿਆਲ ਕਰਾਉਂਦੇ ਸੀ ਕਿ ਬਿਲਕੁਲ ਪਹਿਲੇ ਵੀ ਕਰਾਉਂਦੇ ਸੀ। ਅੱਛਾ ਅੱਛਾ, ਇੱਕ ਹੋਰ ਵੀ ਮੈਂ ਮਾਸਟਰ ਟ੍ਰੇਨਰ ਹਾਂ ਪ੍ਰਕਿਰਤੀ ਦੀ। ਅੱਛਾ, ਪ੍ਰਕਿਰਤੀ ਐਨਾਲਿਸਿਸ ਕਰਨਾ ਜ਼ਰੂਰੀ ਕਿਉਂ ਹੁੰਦਾ, ਮੈਂ ਉਹ ਵੀ ਦੱਸਣਾ ਚਾਹਾਂਗੀ। ਇੱਕ ਬੰਦਾ ਜਿਹਦੀ ਪ੍ਰਕਿਰਤੀ ਵਾਹ ਤੇ ਆ ਪਿੱਤ ਤੇ ਆ ਕਫ ਹੈ, ਉਹਦੇ ਬੇਸ ਤੇ ਸਾਰਾ ਉਹਦਾ ਲਾਈਫ ਸਟਾਈਲ, ਉਹਦੀ ਨੇਚਰ, ਉਹਦੀ ਡਾਈਟ, ਸਭ ਕੁਝ ਡਿਪੈਂਡ ਕਰਦਾ। ਥੋੜਾ ਜਿਹਾ ਨੌਲੇਜ ਮੈਨੂੰ ਵੀ ਹੈ ਵੀ ਵਾਹ ਪਿੱਤ ਹੋ ਜਿਹੜਾ, ਪੇਟ ਦੇ ਵਿੱਚ ਗਰਮੀ ਰਹਿਣੀ, ਹਾਂ ਵੈਰੀ ਗੁੱਡ। ਹਾਂਜੀ ਹਾਂਜੀ ਹਾਂਜੀ, ਉਹਦੇ ਨਾਲ ਕੀ ਹੈ, ਮੰਨ ਲਓ ਤੁਸੀਂ ਆਪਣੀ ਜੌਬ ਡਿਸਾਈਡ ਕਰਨੀ ਹੈ। ਅੱਛਾ, ਹੁਣ ਕਿਸੇ ਦਾ ਪਿੱਤ ਵਧਿਆ ਹੈ, ਕੋਈ ਪਿੱਤ ਪ੍ਰਕਿਰਤੀ ਦਾ ਬੰਦਾ ਹੈ, ਤੇ ਉਹ ਜੇ ਟੈਲੀਕਾਲਿੰਗ ਦੀ ਜੌਬ ਲਏਗਾ ਤੇ ਉਹਦੇ ਵਾਸਤੇ ਠੀਕ ਨਹੀਂ ਹੈਗੀ, ਕਿਉਂਕਿ ਉਹ ਬੈਠੇ ਰਹਿਣਾ ਉਹਨੇ ਸਾਰਾ। ਨਹੀਂ ਨਹੀਂ, ਬੈਠੇ ਰਹਿਣ ਦੀ ਗੱਲ ਨਹੀਂ, ਉਹ 10 ਫੋਨ ਜੇ ਆ ਗਏ ਨਾ ਉਹਨੂੰ ਗੁੱਸਾ ਚੜ ਜਾਣਾ, ਉਹਨੇ ਕਾਲੇ ਪੈ ਜਾਣਾ। ਅੱਛਾ, ਉਹ ਫੋਨ ਚੁੱਕ ਕੇ ਉਹਨੇ ਪਰਾਂ ਸੁੱਟਣਾ ਹੈ, ਤੇ ਇਸ ਤੋਂ ਜੋ ਬੰਦੇ ਵਾਸਤੇ ਠੀਕ ਨਹੀਂ ਹੈਗੀ। ਐਵੇਂ ਹੀ ਜਿਹੜੇ ਕਫ ਪ੍ਰਕਿਰਤੀ ਵਾਲੇ ਵਿਅਕਤੀ ਨੇ, ਉਹ ਲੈਥਾਰਜਿਕ ਹੁੰਦੇ ਨੇ, ਉਹਨਾਂ ਦੇ ਬਹਿਣ ਵਾਲੇ ਕੰਮ ਕਰਦੇ ਨੇ। ਅੱਛਾ,
ਤੇ ਜੇ ਜ਼ਿਆਦਾ ਉਹਨਾਂ ਨੂੰ ਹਾਈਪਰ ਐਕਟੀਵਿਟੀ ਵਾਲੇ ਕੰਮ ਮਿਲ ਗਏ ਉਹ ਤੇ ਫਿਰ ਦਿੱਕਤ ਹੈ, ਦਿੱਕਤ ਦੇਣਗੇ। ਇਸ ਤੋਂ ਇਹ ਐਵੇਂ ਹੀ ਮੈਰਿਟਲ ਪਰਪਸ ਵਾਸਤੇ ਵੀ ਤੁਸੀਂ ਮੈਰਿਜ ਕਿਹੜੇ ਬੰਦੇ ਨਾਲ ਕਰ ਰਹੇ ਹੋ, ਉਹਦੀ ਪ੍ਰਕਿਰਤੀ ਕੀ ਹੈ ਤੇ ਤੁਹਾਡੀ ਕੀ ਹੈ, ਉਹ ਵੀ ਮੈਂ ਅਸੀਂ ਮੈਚਿੰਗ ਕਰਨੇ ਆ। ਕਮਾਲ ਹੈ ਵੈਸੇ ਡਾਕਟਰ ਸਾਹਿਬ ਨੇ, ਅਦਰਵਾਈਜ਼ ਬਹੁਤ ਅੰਦਰੂਨੀ ਗੱਲਾਂ ਜਿਹੜੀਆਂ ਮਤਲਬ ਕਿ ਅੱਜ ਜਿਹੜੀ ਸਾਨੂੰ ਪਤਾ ਲੱਗ ਰਹੀਆਂ ਕਿ ਵੀ ਐਦਾਂ ਵੀ ਹੁੰਦਾ। ਯੈਸ, ਆਪਾਂ ਤੇ ਸਿਰਫ ਜਦੋਂ ਮੈਂ ਆਪਣੀ ਇਸ ਉਮਰ ਤੱਕ ਦੱਸ ਰਿਹਾ ਕਿ ਵੀ ਸਿਰ ਦਰਦ ਹੋਇਆ, ਢਿੱਡ ਦਰਦ ਹੋਇਆ, ਇਹ ਤਾਂ ਬੈਠ ਗਏ ਡਾਕਟਰ ਨੇ ਤਾਂ ਉਹੀ ਦਰਦ ਦੀ ਦਵਾਈ ਦੇਣੀ ਹੈ, ਵੀ ਦਰਦ ਦੀ ਗੋਲੀ ਖਾਧੀ ਥੋੜੀ ਦੇਰ ਲਈ ਦਰਦ ਠੀਕ ਹੋਇਆ ਤੇ ਆਪਾਂ ਫੇਰ ਉਹ ਹਫਤੇ ਬਾਅਦ 10 ਦਿਨਾਂ ਬਾਅਦ ਮਹੀਨੇ ਬਾਅਦ ਫੇਰ ਉਹ ਹੋਣਾ ਹੀ ਹੋਣਾ, ਤੇ ਤੁਸੀਂ ਤਾਂ ਜੜ ਤੋਂ ਖਤਮ ਕਰਨਾ ਉਹਨੂੰ, ਹਨਾ। ਜੜ ਤੋਂ ਨਾਲੇ ਕਈਆਂ ਦੇ ਤਲਾਕ ਹੁੰਦੇ ਨੇ ਅੱਜ ਕੱਲ, ਅੱਛਾ, ਬਹੁਤ ਜ਼ਿਆਦਾ ਟੈਂਪਰ ਸਾਰਿਆਂ ਦਾ ਲੂਜ਼ ਹੋ ਜਾਂਦਾ, ਗੁੱਸਾ ਜ਼ਿਆਦਾ ਅੱਜ ਕੱਲ, ਗਰਮੀ ਬੜੀ ਹੈ। ਪੁਆਇੰਟ ਜੇ ਪ੍ਰਕਿਰਤੀ ਮੈਚ ਕਰਕੇ ਤੁਸੀਂ ਵਿਆਹ ਕਰਦੇ ਹੋ ਤੇ ਕਾਫੀ ਹੱਦ ਤੱਕ ਉਸ ਚੀਜ਼ ਨੂੰ ਪ੍ਰੀਵੈਂਟ ਕਰ ਸਕਦੇ ਆ, ਮਤਲਬ ਮੁੰਡਾ ਕੁੜੀ ਦੋਨੋਂ ਆਪਣੀ ਆਪਣੀ ਪ੍ਰਕਿਰਤੀ ਬਾਰੇ ਚੈੱਕ ਕਰਾ ਲੈਣ। ਅੱਛਾ, ਉਸ ਤੋਂ ਬਾਅਦ ਵੇਖਣਗੇ ਮੈਚ ਬਣਦਾ ਹੈ ਕਿ ਨਹੀਂ। ਕਮਾਲ ਦੀ ਗੱਲ ਦੱਸ ਡਾਕਟਰ ਸਾਹਿਬ ਨੇ ਅੱਜ ਤੇ, ਜੌਬ ਤੋਂ ਪਹਿਲੇ, ਮੈਰਿਜ ਤੋਂ ਪਹਿਲੇ। ਇਹ ਜਿਹੜੀਆਂ ਅੱਜ ਦੇ ਡੇਟ ਤੇ ਜਿਹੜੇ ਬੱਚੇ ਜਿਹੜੀ ਗੱਲ ਤੇ ਵਿਸ਼ਵਾਸ ਨਹੀਂ ਕਰਦੇ, ਬਿਲਕੁਲ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਥੋੜਾ ਜਿਹਾ, ਭਾਵੇਂ ਮੈਂ ਕਹਿੰਦਾ 100% ਨਾ ਕਰੋ, 50% ਕਰੋ, ਕਰੋ ਜ਼ਰੂਰ ਇਸ ਗੱਲ ਤੇ, ਇਹਨਾਂ ਚੀਜ਼ਾਂ ਦਾ ਬੜਾ ਅੱਗੇ ਬੜਾ ਟਾਈਮ ਮਤਲਬ ਅਸਰ ਪੈਂਦਾ ਹੈ। ਬਿਲਕੁਲ ਠੀਕ ਗੱਲ ਹੈ ਬਈ, ਉਹਨਾਂ ਦਾ ਮੈਚ ਸਿਰਫ ਇੱਕ ਛੋਟੀ ਜਿਹੀ ਵਜ੍ਹਾ ਵਾਸਤੇ ਨਹੀਂ ਹੋ ਰਿਹਾ, ਲੇਕਿਨ ਉਹ ਕਹਿੰਦੇ ਕਿ ਇਹ ਨਹੀਂ ਹੋਇਆ, ਉਹ ਨਹੀਂ ਹੋਇਆ, ਤਲਾਕ ਹੋ ਗਏ। ਹਾਂ, ਜਿਵੇਂ ਦੋਨੋਂ ਪਿੱਤ ਪ੍ਰਕਿਰਤੀ ਦੇ ਨੇ, ਦੋਨੋਂ ਗੁੱਸੇਲ, ਕਿਸੇ ਨੇ ਵੀ ਨਹੀਂ ਸਹਿਣਾ ਤੇ ਲੜਾਈ ਤੇ ਹਰ ਤੀਜੇ ਦਿਨ ਫਿਰ ਉਹ। ਮੈਨੂੰ ਤਾਂ ਲੱਗਦਾ ਡਾਕਟਰ ਸਾਹਿਬ ਜੋਤਿਸ਼ ਦਾ ਵੀ ਪੂਰਾ ਗਿਆਨ ਹੈਗਾ ਇਹਨਾਂ ਨੂੰ। ਨਹੀਂ ਨਹੀਂ, ਜੋਤਿਸ਼ ਨਹੀਂ, ਆਯੁਰਵੇਦ ਦਾ ਕਮਾਲ ਹੈ, ਆਯੁਰਵੇਦ ਦਾ ਕਮਾਲ ਹੈਗਾ, ਲੇਕਿਨ ਗਿਆਨ ਤੁਹਾਨੂੰ ਪੂਰਾ ਹੀ ਹੈਗਾ। ਤੇ ਆਪਾਂ ਹੁਣ ਜ਼ਿਆਦਾ ਥੋੜਾ ਜਿਹਾ ਮਤਲਬ ਟਾਈਮ ਨਾ ਲੈਂਦੇ ਤੁਹਾਡਾ, ਤੇ ਥੋੜਾ ਜਿਹਾ ਦਿਖਾਈਏ ਦਰਸ਼ਕਾਂ ਨੂੰ ਜਿੱਥੇ ਆਪਾਂ ਇਹ ਪ੍ਰਕਿਰਿਆ ਜਿਹੜੀਆਂ ਤੁਹਾਡੀਆਂ ਥੈਰੇਪੀ ਵਗੈਰਾ ਦਿੰਦੇ ਆ ਆਪਾਂ, ਉਹ ਐਕਸਪਲੋਰ ਕਰਦੇ ਹਾਂ ਇੱਕ ਵਾਰੀ, ਹਨਾ। ਇੱਕ ਪੁਆਇੰਟ ਮੈਂ ਹੋਰ ਐਡ ਕਰਨਾ ਚਾਹਾਂਗਾ, ਜੀ ਜੀ ਜੀ, ਬਿਲਕੁਲ ਦਰਸ਼ਕਾਂ ਵਾਸਤੇ ਬਹੁਤ ਬਿਲਕੁਲ ਇੰਪੋਰਟੈਂਟ ਹੈ। ਮੰਨ ਲਓ ਕਿਸੇ ਨੇ ਕਨਸੀਵ ਕਰਨਾ ਹੈ, ਓਕੇ, ਆਯੁਰਵੇਦ ਵਿੱਚ ਪ੍ਰੀ ਕਨਸੈਪਸ਼ਨ ਕਾਉਂਸਲਿੰਗ ਕਰਨੇ ਆ, ਪ੍ਰੀ ਕਨਸੈਪਸ਼ਨ ਪੰਚਕਰਮਾ ਥੈਰੇਪੀਜ਼ ਕਰੀ ਦੀਆਂ ਨੇ, ਮੇਲ ਤੇ ਫੀਮੇਲ ਦੋਨੋਂ ਦਾ ਕਲੀਨਿੰਗ ਪ੍ਰੋਸੀਜਰਸ ਹੁੰਦਾ ਹੈ, ਜਿਹਦੇ ਨਾਲ ਇੱਕ ਗੁੱਡ ਓਵਮ ਤੇ ਗੁੱਡ ਸਪਰਮ ਬਣੇਗਾ ਤੇ ਇੱਕ ਹੈਲਦੀ ਬੱਚਾ ਪੈਦਾ ਹੋਏਗਾ। ਬਹੁਤ ਵੱਡੀ ਗੱਲ ਕਹਿਤੀ, ਬਹੁਤ ਵੱਡੀ, ਕਿਉਂਕਿ ਸਾਰਾ ਬੇਸ ਦੁਨੀਆ ਦਾ ਇਸੇ ਤੇ ਟਿਕਿਆ ਹੋਇਆ। ਬਿਲਕੁਲ ਬਿਲਕੁਲ ਜੀ, ਬਿਲਕੁਲ। ਤੇ ਲੋਕੀ ਐਵੇਂ ਅਣਜਾਣੇ ਵਿੱਚ ਕਰ ਦਿੰਦੇ ਨੇ, ਬਟ ਦਿਸ ਇਜ਼ ਨਾਟ ਰਾਈਟ। ਪਲੈਨਡ ਵੇ ਨਾਲ ਜੇ ਤੁਸੀਂ ਕਰੋਗੇ ਤੇ ਇੱਕ ਹੈਲਦੀ ਪ੍ਰੋਸੈਸ, ਜਿਹੜੇ ਜਿਹੜੇ ਵੀਡੀਓ ਦੇਖ ਰਹੇ ਹੋਣਗੇ, ਕਈ ਇਹਨਾਂ ਦੇ ਇੱਛੁਕ ਹੋਣਗੇ, ਇਸ ਚੀਜ਼ ਦੇ ਵੀ ਜਿਹੜੇ ਲੱਭ ਰਹੇ ਹੋਣਗੇ ਕੋਈ ਐਵੇਂ ਦਾ, ਜਿਹੜੀ ਗੱਲ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਦੇ ਦਿਮਾਗ 'ਚ ਵੀ ਆਉਂਦੀ ਹੋਊਗੀ ਇਹ ਗੱਲ ਕਿ ਵੀ ਆਪਾਂ ਪਹਿਲਾਂ ਕਿਸੇ ਨਾਲ ਡਿਸਕਸ ਕਰੀਏ, ਗਾਇਜ਼ ਤੁਸੀਂ ਕਰ ਸਕਦੇ ਹੋ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਹੋ ਇਸ ਬਾਰੇ ਵੀ। ਤੇ ਬਹੁਤ ਵਧੀਆ ਗੱਲ ਡਾਕਟਰ ਸਾਹਿਬ ਨੇ ਇਹ ਵੀ ਸ਼ੇਅਰ ਕੀਤੀ ਸਾਡੇ ਨਾਲ, ਬਹੁਤ ਮਜ਼ਾ ਆ ਗਿਆ ਅੱਜ ਗੱਲ ਕਰਕੇ। ਤਾਂ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਇਹਨਾਂ ਦੇ ਜਿਹੜੇ ਜਿੱਥੇ ਆਪਾਂ ਥੈਰੇਪੀ ਵਗੈਰਾ ਦਿੰਦੇ ਨੇ ਡਾਕਟਰ ਸਾਹਿਬ, ਉਹ ਰੂਬਰੂ ਕਰਾਉਂਦੇ ਹਾਂ, ਦਿਖਾਉਂਦੇ ਹਾਂ। ਤੇ ਚਲੋ ਜੀ, ਆਓ, ਚੰਗਾ ਜੀ। ਇਹ ਸਾਡਾ ਇੱਕ ਪੰਚਕਰਮਾ ਥੈਰੇਪੀ ਰੂਮ ਹੈ, ਆਓ ਜੀ ਇੱਧਰ ਦਿਖਾਓ ਪਹਿਲੇ। ਅੱਛਾ, ਇਹ ਸ਼ਿਰੋਧਾਰਾ, ਓਕੇ, ਤੇ ਇੱਥੇ ਮਸਾਜ, ਜੀ ਜੀ, ਇਹ ਸਟੀਮ ਚੈਂਬਰ। ਅੱਛਾ, ਸਟੀਮ ਦਾ ਅਲੱਗ ਹੈ? ਹਾਂ, ਸਟੀਮ ਦਾ ਅਲੱਗ ਹੈ। ਤਾਂ ਇਹਦੇ ਵਿੱਚ ਮਤਲਬ ਕਿ ਅੰਦਰ ਅੰਦਰ ਬਿਠਾਈਦਾ? ਅੱਛਾ ਅੱਛਾ, ਉਹ ਆਟੋਕਲੇਵ ਨਾਲ ਸਟੀਮ ਜਾਂਦੀ ਹੈ ਅੰਦਰ, ਓਕੇ, ਉਹਦੇ ਚ ਅਸੀਂ ਕਾੜੇ ਵੀ ਪਾ ਸਕਦੇ ਹਾਂ ਜੇ ਅਸੀਂ ਕਾੜੇ ਦੀ ਸਟੀਮ। ਆਯੁਰਵੈਦਿਕ ਸਟੀਮ ਹੈਗੀ ਹੈ ਵੀ? ਅੱਛਾ, ਹਾਂ, ਉਹ ਸਿੰਪਲ ਸਟੀਮ ਨਹੀਂ ਹੈ, ਸਿਰਫ ਖਾਲੀ ਪਾਣੀ ਉਬਾਲ ਕੇ ਸਟੀਮ ਦੇ, ਤਾਂ ਉਹ ਨਹੀਂ ਆ, ਆਯੁਰਵੇਦ ਆ ਪੂਰਾ, ਇਹਦੇ ਨਾਲ ਵੀ ਪੂਰਾ ਮਤਲਬ ਖੁੱਲ ਜਾਂਦੀ ਹੈ, ਸਰੀਰ ਪੂਰੀ ਮਤਲਬ ਗਲੋ ਕਰੇਗੀ, ਹੈਨਾ। ਹਾਂ, ਤੇ ਗੁੱਡ। ਇਹ ਬਾਕੀ ਹੈ ਆਪਣਾ ਇੱਥੇ ਮਸਾਜ ਵਗੈਰਾ ਜਿਹੜਾ ਡਾਕਟਰ ਸਾਹਿਬ ਨੇ ਦੱਸਿਆ, ਇਹ ਪੂਰਾ ਹੀ ਸਿਸਟਮ ਹੈ, ਪੂਰਾ ਬਣਾਇਆ ਹੋਇਆ, ਬਹੁਤ ਵਧੀਆ। ਬਾਕੀ ਇਧਰ ਇਨਸਟਰੂਮੈਂਟ ਵਗੈਰਾ, ਗੁੱਡ। ਤੇ ਦੂਸਰਾ ਇੱਕ ਉਸ ਸਾਈਡ ਜਿੱਧਰ ਮੈਨੂੰ ਟ੍ਰੀਟਮੈਂਟ ਦਿੱਤਾ ਸੀ ਡਾਕਟਰ ਸਾਹਿਬ ਨੇ, ਉਹ ਵੀ ਦਿਖਾ ਦਿੰਦੇ ਹਾਂ। ਹਾਂਜੀ, ਆਜਾ ਆਜਾ, ਆਓ। ਇਹ ਦੂਸਰਾ ਥੈਰੇਪੀ ਰੂਮ ਹੈ, ਓਕੇ,
ਇੱਥੇ ਵੀ ਉਹ ਸਭ ਕੁਛ ਕਰੀਦਾ, ਸ਼ਿਰੋਧਾਰਾ ਇਹ ਮਸਾਜ, ਇਹ ਸਟੀਮ ਦਾ ਇਹਨਾਂ ਜਿਹੜਾ ਇਹ ਹੈਗਾ ਸਟੀਮਰ, ਇਹਦੇ ਜੀ ਉੱਪਰ ਜੀ ਪਾਈਦਾ ਅੱਛਾ ਇਹ ਤੇ ਇਹਦੇ ਅੰਦਰ ਵੀ ਉਹ ਸਟੀਮ ਉਹਦੇ ਥਰੂ ਜਾਂਦੀ ਹੈ। ਅੱਛਾ ਹਾਂ ਇਹ ਕਵਰਡ ਕਰ ਦਿੰਦੇ ਉਹਨਾਂ ਇਸ ਤੇ। ਤੋਂ ਹਾਂ ਓਕੇ ਇਹ ਇਹਨੂੰ ਕੀ ਕਹਿੰਦੇ ਸ਼ਿਰੋਧਾਰਾ, ਸ਼ਿਰੋਧਾਰਾ ਹਾਂ ਜਿਹੜੀ ਆਇਲ ਆਇਲ ਜਿਹੜਾ ਪੈਂਦਾ ਹੈ ਜਿਹੜਾ ਮੇਰਾ ਬੀਪੀ ਐਸ ਤੇ ਕਹਿ ਰਹੀ ਸੀ ਨਾ, ਅੱਛਾ ਇੱਥੋਂ ਆਇਲ ਪੈਂਦਾ ਹੈ ਪੇਸ਼ੈਂਟ ਦੇ ਸਿਰ ਤੇ ਓਕੇ ਤੇ ਉੱਥੇ ਨਾਲ ਰਿਲੀਫ ਮਿਲਦਾ ਉਹਨੂੰ, ਯੈਸ ਨਾਲ ਬਿਲਕੁਲ ਹੈਡ ਮਸਾਜ ਕਰ ਮਤਲਬ ਰਹੀ ਹੈ, ਪਰਮਾਨੈਂਟ ਰਿਲੀਫ ਮਿਲਦਾ ਉਹਨੂੰ, ਯੈਸ ਐ ਨਹੀਂ ਕਿ ਥੋੜੀ ਦੇਰ ਵਾਸਤੇ ਉਹ ਮਤਲਬ ਕੁਝ ਪਤਾ ਕੀ ਇਹ ਥੈਰੇਪੀਆਂ ਵਿੱਚ ਵਿੱਚ ਕਰਾਉਂਦੇ ਰਹਿਣਾ ਚਾਹੀਦਾ ਹੈ, ਕਰਾਉਂਦੇ ਰਹਿਣਾ ਚਾਹੀਦਾ। ਤੁਸੀਂ ਮਤਲਬ ਲਾਈਫ ਕਿੰਨੇ ਦਾ ਦਿਨਾਂ ਬਾਅਦ ਕਰਾਉਣੇ ਚਾਹੀਦੇ ਵੈਸੇ ਤੁਹਾਡੇ ਹਿਸਾਬ ਨਾਲ? ਜੇ ਕੋਈ ਬਿਮਾਰ ਹੈ ਉਹਨਾਂ ਤੇ ਅਸੀਂ ਉਹਦੇ ਅਕੋਰਡਿੰਗਲੀ ਦੱਸਦੇ ਹਾਂ, ਬਸ ਅੱਛਾ ਹਫ਼ਤੇ 'ਚ ਇੱਕ ਵਾਰੀ ਤੁਸੀਂ ਕਰਾ ਲਓ ਵੀਕਐਂਡ, ਅੱਛਾ ਮਹੀਨੇ 'ਚ ਚਾਰ ਵਾਰੀ ਕਰਾ ਲਓ, ਹਾਂ ਕੋਈ ਮਾੜੀ ਗੱਲ ਨਹੀਂ ਹੈ, ਕਿਉਂਕਿ ਸਟ੍ਰੈਸ ਸਾਰਿਆਂ ਨੂੰ ਇੰਨਾ ਜ਼ਿਆਦਾ ਹੈ ਹਾਂ ਹਾਂ ਕਿ ਉਹ ਤੁਸੀਂ ਵਿੱਚ ਵਿੱਚ ਕਰਾ ਗੋਲੀਆਂ ਲਓ ਖਾਣ ਨਾਲੋਂ ਤਾਂ ਇਹ ਜ਼ਿਆਦਾ ਵਧੀਆ, ਤੁਸੀਂ ਹੋਟਲ ਤੇ ਜਾਂਦੇ ਹੋ 3-4 ਹਜ਼ਾਰ ਮਿੰਟਾਂ 'ਚ ਖਰਚ ਹਾਂਜੀ ਕਰਨ ਦੇ ਹੋ, ਹਾਂਜੀ ਤੇ ਇਸ ਤੋਂ ਇਹ ਬਾਡੀ ਨੂੰ ਠੀਕ ਕਰ ਲਓ, ਆਪਣੀ ਸਿਹਤ ਤੋਂ ਮਹਿੰਗੀ ਕੋਈ ਚੀਜ਼ ਨਹੀਂ ਹੈ ਵੈਸੇ ਬਿਲਕੁਲ ਦੇਖਿਆ ਜਾਏ ਤੇ। ਤਾਂ ਗੁੱਡ ਇਹ ਥੋੜਾ ਜਿਹਾ ਸੈਟਅਪ ਜਿਹੜਾ ਡਾਕਟਰ ਸਾਹਿਬ ਦਾ ਵਧੀਆ ਹੈ, ਜੇ ਕਿਸੇ ਨੇ ਕਰਾਣੀ ਹੋਵੇ ਤੇ ਕੰਟੈਕਟ ਕਰ ਸਕਦੇ ਹੋ, ਤੇ ਬਾਕੀ ਉਧਰ ਉਹਲਾ ਕੈਬਿਨ ਦਿਖਾਉਂਦੇ ਆ ਹਾਂ, ਉਧਰ ਜਿੱਥੇ ਮੈਡੀਸਿਨ ਵਗੈਰਾ ਤੁਸੀਂ ਦਿੰਦੇ ਹੋ। ਇਹ ਸਾਡੀ ਫਾਰਮੇਸੀ ਹੈਗੀ ਹੈ, ਲੋ ਜੀ ਇੱਥੇ ਸਾਰੀਆਂ ਆਯੁਰਵੈਦਿਕ ਦਵਾਈਆਂ ਦਿੰਦੇ ਆ ਅਸੀਂ, ਇਹ ਸਾਰਾ ਇਹ ਮੈਨੇਜਰ ਨੇ ਇੱਥੇ ਬਾਲਕਿਸ਼ਨ ਜੀ, ਇਹ ਮੇਰੀ ਫੀਮੇਲ ਥੈਰੇਪਿਸਟ। ਓਕੇ ਗੁੱਡ, ਇਹ ਸਾਰੀਆਂ ਜਿਹੜੀਆਂ ਮੈਡੀਸਨ ਜਿਹੜੀਆਂ ਸਾਰੀ ਆਯੁਰਵੇਦ ਦੇ ਨਾਲ ਸਭ, ਬਾਕੀ ਡਾਕਟਰ ਸਾਹਿਬ ਨੂੰ ਜ਼ਿਆਦਾ ਪਤਾ ਹੈਗਾ ਤੇ ਬਾਕੀ ਡਾਕਟਰ ਸਾਹਿਬ ਨੇ ਇੱਧਰ ਛੋਟਾ ਜਿਹਾ ਮੰਦਿਰ ਵੀ ਬਣਾਇਆ ਹੋਇਆ, ਜਿਹੜਾ ਆਵੇ ਦਰਸ਼ਨ ਕਰੇ ਪਹਿਲੇ, ਦੇਖੋ ਬਹੁਤ ਖੂਬਸੂਰਤ, ਬਈ ਵਾਹ ਦਰਸ਼ਨ ਕਰਾਓ, ਵੈਰੀ ਗੁੱਡ, ਬਹੁਤ ਵਧੀਆ, ਬਹੁਤ ਹੀ ਖੂਬਸੂਰਤ, ਮਤਲਬ ਨੀਟ ਐਂਡ ਕਲੀਨ ਡਾਕਟਰ ਸਾਹਿਬ ਨੇ ਕਲੀਨਿਕ ਬਣਾਇਆ ਹੋਇਆ, ਤੁਹਾਨੂੰ ਮਿੱਟੀ ਦਾ ਦਾਣਾ ਤੁਹਾਨੂੰ ਇੱਥੇ ਦੇਖਣ ਨੂੰ ਨਹੀਂ ਮਿਲੇਗਾ। ਪਰਸਨਲੀ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਸੀ, ਮੈਂ ਕਿਹਾ ਵੀ ਬਹੁਤ ਕਲੀਨ ਲੱਗ ਰਿਹਾ, ਡਾਕਟਰ ਸਾਹਿਬ ਕਹਿ ਰਹੇ ਮੈਨੂੰ ਗੰਦਗੀ ਬਿਲਕੁਲ ਪਸੰਦ ਨਹੀਂ ਹੈ, ਬਿਲਕੁਲ ਨੀਟ ਐਂਡ ਕਲੀਨ, ਦੇਖੋ ਜਿਸ ਪਾਸੇ ਮਰਜ਼ੀ ਦੇਖ ਲਓ, ਐਨ ਲੈਸ ਕਰਦਾ ਹੋਇਆ, ਬਹੁਤ ਵਧੀਆ ਕਲੀਨਿਕ ਬਣਾਇਆ ਹੋਇਆ। ਤੇ ਚਲੋ ਅੰਦਰ ਚੱਲਦੇ ਹਾਂ ਇੱਕ ਵਾਰੀ, ਫਿਰ ਗੱਲ ਕਰਦੇ ਹਾਂ ਬੈਠ ਕੇ, ਤੇ ਬਾਕੀ ਜਿਹੜੀਆਂ ਗੱਲਾਂ ਤੁਹਾਡੀਆਂ ਕੋਈ ਆ, ਅਗਰ ਤੁਹਾਡੀ ਤੁਸੀਂ ਕਮੈਂਟ ਕਰ ਸਕਦੇ ਹੋ ਕਿ ਬਈ ਕੋਈ ਦਿੱਕਤ ਪਰੇਸ਼ਾਨੀ ਕਿਸੇ ਨੂੰ ਐਵੇਂ ਦਾ ਰੋਗ ਆ ਜਿਹੜਾ ਪੁਰਾਣਾ, ਕੋਈ ਵੀ ਬਹੁਤ ਜ਼ਿਆਦਾ ਪੁਰਾਣਾ ਰੋਗ ਹੈਗਾ, ਉਹਦੇ ਬਾਰੇ ਵੀ ਕੋਈ ਡਿਸਕਸ ਕਰ ਸਕਦੇ ਹੋ, ਤੇ ਡਾਕਟਰ ਸਾਹਿਬ ਦਾ ਨੰਬਰ ਸਾਰਾ ਡਿਸਕ੍ਰਿਪਸ਼ਨ 'ਚ ਹੈਗਾ, ਬਾਕੀ ਤੁਸੀਂ ਅਗਰ ਇੱਥੇ ਪਰਸਨਲੀ ਆਓ ਤੇ ਜ਼ਿਆਦਾ ਵਧੀਆ ਮੇਰੇ ਹਿਸਾਬ ਨਾਲ। ਉਹਦੇ ਨਾਲ ਅਸੀਂ ਪੇਸ਼ੈਂਟ ਦੀ ਨਾੜੀ ਵੇਖ ਰਹੇ ਹਾਂ, ਪ੍ਰੋਪਰ ਉਹਨੂੰ ਡਾਈਟ ਲਾਈਫ ਸਟਾਈਲ ਉਹਦੇ ਪ੍ਰੋਫੈਸ਼ਨ ਦੇ ਅਕੋਰਡਿੰਗਲੀ ਗਾਈਡ ਕਰਨੇ ਆ, ਬਿਲਕੁਲ ਬਿਲਕੁਲ, ਇਵਨ ਮੈਂ ਕੁਝ ਪੇਸ਼ੈਂਟਸ ਨੂੰ ਤੇ ਕੁਕਿੰਗ ਰੈਸਪੀਜ਼ ਵੀ ਗਾਈਡ ਕਰਨੀ ਆ, ਕਿਉਂਕਿ ਉਹਨਾਂ ਨੂੰ ਸਮਝ ਨਹੀਂ ਆਉਂਦੀ ਮੈਡਮ ਇਹ ਕਿਵੇਂ ਬਣਾਏ, ਫਿਰ ਉਹਨਾਂ ਨੂੰ ਤਰੀਕੇ ਦੱਸਣੇ, ਅੱਛਾ ਇਹਨੂੰ ਐਵੇਂ ਕਰ ਲਓ, ਇਹਨੂੰ ਐਵੇਂ ਕਰ ਲਓ। ਮੋਰਲ ਆਫ ਦਾ ਸਟੋਰੀ ਇਹੀ ਹੋ ਕਿ ਬਈ ਇਹ ਡਾਕਟਰ ਨਹੀਂ ਆ, ਇਹ ਮਤਲਬ ਹਰ ਚੀਜ਼ ਦੇ ਭੇਦੀ ਹੈਗੇ ਨੇ, ਇਹਨਾਂ ਕੋਲੋਂ ਤੁਸੀਂ ਕਿਸੇ ਚੀਜ਼ ਦਾ ਵੀ ਗਿਆਨ ਲੈ ਸਕਦੇ ਹੋ, ਬਈ ਮੈਡੀਸਨ ਦਾ ਵੀ ਹੋ ਜਾਏ, ਕਿਚਨ ਦਾ ਹੋ ਜਾਏ, ਕੋਈ ਲਾਈਫ ਸਟਾਈਲ ਦਾ ਵੀ, ਕਿਸੇ ਚੀਜ਼ ਦਾ ਵੀ ਤੁਸੀਂ ਇਹਨਾਂ ਕੋਲੋਂ ਗਿਆਨ ਲੈ ਸਕਦੇ ਹੋ, ਬਈ ਆਪਾਂ ਸੈਰ ਕਦੋਂ ਕਰਨੀ ਆ, ਕਿੱਦਾਂ ਕਰਨੀ ਆ, ਬਿਲਕੁਲ ਸਾਰੀਆਂ ਚੀਜ਼ਾਂ, ਮਤਲਬ ਸਾਰਾ ਗਿਆਨ ਤੁਹਾਨੂੰ ਡਾਕਟਰ ਸਾਹਿਬ ਦੇ ਸਕਦੇ ਨੇ। ਤੇ ਹੋਪ ਕਰਦੇ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਏਗੀ, ਡਾਕਟਰ ਸਾਹਿਬ ਦਾ ਕਾਫੀ ਸਮੇਂ ਲੈ ਲਿਆ ਆਪਾਂ, ਤੇ ਹੋਪ ਕਰਦੇ ਅੱਛੀ ਲੱਗੀ ਹੋਏਗੀ, ਬਹੁਤ ਇਨਫੋਰਮੇਟਿਵ ਹੈ ਮੇਰੇ ਹਿਸਾਬ ਨਾਲ, ਜ਼ਿਆਦਾ ਤੋਂ ਜ਼ਿਆਦਾ ਇਹਨੂੰ ਸ਼ੇਅਰ ਕਰੋ, ਮਤਲਬ ਜਿਹੜੇ ਜਿਹਨਾਂ ਨੂੰ ਇੱਦਾਂ ਦੇ ਰੋਗ ਹੈਗੇ ਆ, ਜਿਹੜੇ ਕਿ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਨੇ ਦਵਾਈਆਂ ਖਾ ਖਾ ਕੇ। ਨਾਲੇ ਹੈਪੀ ਜੀ ਆਯੁਰਵੇਦ ਜਿਹੜਾ ਹੈ ਉਹ ਤੇ ਆਯੂ ਦਾ ਵੇਦ ਹੈ, ਉਹ ਸਾਰਿਆਂ ਨੂੰ ਕਰਨਾ ਚਾਹੀਦਾ ਹੈ, ਬਹੁਤ ਵੱਡੀ ਗੱਲ ਬੋਲੀ ਹੈ, ਆਯੂ ਦਾ ਵੇਦ ਹੈਗਾ, ਕੀ ਤੁਸੀਂ ਖਾਣਾ ਹੈ, ਕੀ ਤੁਹਾਡਾ ਲਾਈਫ ਸਟਾਈਲ ਹੋਣਾ ਚਾਹੀਦਾ ਹੈ, ਉਹ ਜੇ ਤੁਹਾਨੂੰ ਨਹੀਂ ਪਤਾ ਉਹਦੇ 'ਚ ਉਹ ਕਿਸੇ ਵੀ ਸਿਸਟਮ 'ਚ। ਹੋਰ ਜੇ ਅਗਰ ਆਪਾਂ ਗੱਲ ਕਰੀਏ ਖਾਲੀ ਦਵਾਈਆਂ ਖਾ ਕੇ ਅਗਰ ਬੰਦਾ ਠੀਕ ਹੋ ਜਾਏ ਤਾਂ ਮੇਰੇ ਖਿਆਲ ਉਹ ਵੀ ਨਹੀਂ ਆ, ਤੁਹਾਨੂੰ ਉਹਦੇ ਨਾਲ ਐਕਸਰਸਾਈਜ਼ ਵੀ ਵਰਕਆਊਟ ਵੀ ਕਰਨਾ ਪੈਣਾ, ਹਨਾ ਇਹ ਮੈਂ ਗਲਤ ਤਾਂ ਨਹੀਂ ਕਹਿ ਰਿਹਾ, ਨਹੀਂ ਨਹੀਂ ਕਿ ਦਵਾਈਆਂ ਖਾ ਕੇ ਨਹੀਂ ਰਹੀ, ਤੁਸੀਂ ਕਹੋਗੇ ਦਵਾਈਆਂ ਖਾਈ ਜਾਓ ਠੀਕ ਹੋ ਜਾਏ, ਐਵੇਂ ਨਹੀਂ ਹੈ, ਤੁਹਾਨੂੰ ਵਰਕਆਊਟ ਨਾਲ ਦੇ ਨਾਲ ਕਰਨਾ ਪਏਗਾ, ਥੋੜੀ ਸੈਰ ਕਰੋ ਜਾਂ ਜੋ ਵੀ ਹੈ, ਜਿੰਨਾ ਕੁ ਮੈਨੂੰ ਪਤਾ, ਬਾਕੀ ਉਸ ਤੋਂ ਜ਼ਿਆਦਾ ਤਾਂ ਤੁਹਾਨੂੰ ਡਾਕਟਰ ਸਾਹਿਬ ਦੱਸਣਗੇ। ਤੇ ਹੋਪ ਕਰਦੇ ਹਾਂ ਅੱਛੀ ਲੱਗੀ ਹੋਏਗੀ ਵੀਡੀਓ, ਮੈਨੂੰ ਤਾਂ ਬਹੁਤ ਮਜ਼ਾ ਆਇਆ ਡਾਕਟਰ ਸਾਹਿਬ ਨਾਲ ਗੱਲ ਕਰਕੇ, ਤੇ ਜ਼ਿਆਦਾ ਤੋਂ ਜ਼ਿਆਦਾ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਵੀਡੀਓ ਨੂੰ, ਤੇ ਹੋ ਸਕਦਾ ਕਿਸੇ ਦਾ ਭਲਾ ਹੋ ਜਾਏ ਤੁਹਾਡੇ ਕਰਕੇ, ਸ਼ੇਅਰ ਕਰਕੇ, ਤੇ ਡਾਕਟਰ ਸਾਹਿਬ ਦੇ ਕੋਲ ਆਉਣ,
ਆਪਣੇ ਦਿਖਾਣ, ਆਪਣੇ ਸਰੀਰ ਨੂੰ ਦਿਖਾਣ ਕਿ ਵੀ ਇਹ ਮੈਨੂੰ ਪ੍ਰੋਬਲਮ ਆ, ਤੇ ਉਦੋਂ ਵੱਧ ਤੋਂ ਵੱਧ ਇਹਨੂੰ ਵੀਡੀਓ ਨੂੰ ਸ਼ੇਅਰ ਕਰੋ, ਤੇ ਅਗਰ ਅੱਛੀ ਲੱਗੀ ਹੋ ਤਾਂ ਲਾਈਕ ਵੀ ਕਰ ਦੇਣਾ ਭਰਾ, ਤੇ ਬਾਕੀ ਬਾਈ ਦਾ ਚੈਨਲ ਆ, ਅਗਰ ਐਵੇਂ ਦੀ ਕੋਈ ਇਨਫੋਰਮੇਟਿਵ ਵੀਡੀਓ ਚਾਹੀਦੀ ਆ ਤੇ ਇਸ ਕਰਕੇ ਇਹਨੂੰ ਜਰਾ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ, ਇੱਦਾਂ ਦੀ ਇਨਫੋਰਮੇਟਿਵ ਵੀਡੀਓ ਹੋਰ ਵੀ ਤੁਹਾਨੂੰ ਅੱਗੇ ਇਨ ਫਿਊਚਰ ਆਉਂਦੀਆਂ ਰਹਿਣ, ਤੇ ਤਦ ਤੱਕ ਲਈ ਧੰਨਵਾਦ। ਔਰ ਇੱਕ ਚੀਜ਼ ਮੈਂ ਵੱਲੋਂ ਹੋਰ ਦੱਸ ਰਿਹਾ, ਇਹ ਵਲੋਗ ਮੇਰਾ ਪੰਜਾਬੀ 'ਚ ਸੀਗਾ, ਤੁਹਾਨੂੰ ਕਿਵੇਂ ਦਾ ਲੱਗਿਆ ਸਪੈਸ਼ਲੀ ਇਹ ਵੀ ਜ਼ਰੂਰ ਦੱਸਣਾ, ਪੰਜਾਬੀ ਦੇ ਵਲੋਗ ਮੇਰੇ ਹਿੰਦੀ, ਬਾਕੀ ਵਲੋਗ ਜਿਹੜੇ ਹਿੰਦੀ ਦੇ ਹੈਗੇ ਆ, ਹਿੰਦੀ ਜ਼ਿਆਦਾ ਕੰਫਰਟੇਬਲ ਤੁਹਾਡੇ ਲਈ ਹੈਗੀ ਹੈ ਜਾਂ ਪੰਜਾਬੀ ਹੈ, ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ। ਆਉਣ ਵਾਲੇ ਜਿਹੜੇ ਤਾਂ ਜਿਹੜੇ ਹੋਰ ਵਲੋਗ ਆ ਮੇਰੇ ਉਹ ਪੰਜਾਬੀ 'ਚ ਆਉਣ, ਤੇ ਅੱਜ ਖਾਸ ਕਰਕੇ ਡਾਕਟਰ ਵਾਸਤੇ ਆਪਾਂ ਪੰਜਾਬੀ 'ਚ ਬਣਾਇਆ ਵਲੋਗ, ਤੇ ਕਿਵੇਂ ਦਾ ਲੱਗਿਆ ਜ਼ਰੂਰ ਦੱਸਣਾ। ਚਲੋ ਮਿਲਦੇ ਅਗਲੇ ਨੈਕਸਟ ਵਧੀਆ ਦੇ ਵਲੋਗ 'ਤੇ, ਸਭ ਤੱਕ ਲਈ ਧੰਨਵਾਦ, ਬਾਏ ਬਾਏ।